पंजाब च गरीबां दे लोड़वंदां दे नां ते करोड़ां दा घपला। लै देख ला ओए गरीबां दे पैसे खाई जाने। चल वधिया करिया मेरा सड़ा चक लिया, हुण देखी जेल च किवें निकलदे ने पैसे। पंजाब मंत्री आ देखियो। हां जी की हो गया? हां देखो मेरे भी बाल एवें हाईलाइट करा दो ना। ओ तेरी ऐहे जे चट्टे जे करा के की करेंगे आ, हुण तेरे माड़े ने बाल। पिंड दीआं बुढ़ियां ऐ कहणगीआं वी फलाणे दे नूंह दे बाल खराब हो गए। ਕਿਤੇ ਨਹੀਂ ਕਹਿੰਦੀਆਂ, ਦੇਖੋ ਸੀ ਕਿੰਨੇ ਸੋਹਣੇ ਲੱਗਦੇ ਨੇ, ਆ ਵਿੱਚ ਵਿੱਚ ਨਾ ਮੈਂ ਚਿੱਟੇ ਚਿੱਟੇ ਜਿਹੇ ਵੀ ਕਰਵਾ ਲੈਣੇ ਨੇ। ਉਹ ਤੂੰ ਰਹਿਣ ਦੇ ਹੀ ਸੋਹਣੇ ਲੱਗਦੇ ਨੇ, ਖੁੱਲੇ ਛੱਡ ਲਿਆ ਕਰ, ਉਹ ਵੀ ਸੋਹਣੇ ਲੱਗਦੇ ਨੇ ਤੇਰੇ ਤਾਂ। ਕੋਈ ਹੋਰ ਗੱਲਾਂ ਮਰ ਜਾਂਦੀਆਂ, ਇਹ ਚ ਦੱਸ ਫੋਨ ਦੀ ਇਹਨਾਂ ਦੀ ਰੀਸਾਂ ਕਰਿਆ ਕਰਦੇ ਨੇ ਕੋਈ। ਆ ਦੇਖੋ ਜੀ ਕਿੰਨੀ ਫਨੀ ਰੀਲ ਆ। ਉਹ ਹਾਂ ਉਹ ਲੈ ਦੇਖ ਲਾ, ਹੈ ਵਿੰਗੇ ਵਿੰਗੇ ਮੂੰਹ ਕਰਕੇ ਕੋਈ ਕਿਵੇਂ ਦੀ ਪਾ ਦਿੰਦਾ, ਕੋਈ ਕਿਵੇਂ ਦੀ ਪਾਉਂਦਾ। ਅੱਜ ਕੱਲ੍ਹ ਤਾਂ ਸੋਸ਼ਲ ਮੀਡੀਆ ਦਾ ਜ਼ਮਾਨਾ, ਇਹੀ ਕੁਛ ਚੱਲਦਾ ਇਹਨਾਂ ਦੇ। ਸੱਚ सारे मेरे कजन बुलाने, सारे मेरे फैमिली मेंबर्स बुलाने, थोड़े आ जाएंगे सारे फैमिली मेंबर। ओहो तेरे दिमाग नु की होया, बेबे हैगी तू हैगी मैं हैगा, बाल के चार पाथियां आपा मना लांगे तन्ने जने। हद हुंदी आ, कदे तां मैं कुछ चीज मांगदे तां तो भी नहीं लेके दित्ती जांदी। मन लिया करो मेरी कदे तां। ओ गल तां सुन ला मेरी, हुण ब्याह दे कट तां करके हटिया, मीना दा अपने ब्याह नु होया, सारे आए नहीं उत्थे, फिर तू घरे बुला। मीना हो गया, थोनू पता शहर च तां साडे ना डेली वांगू पार्टी चलदी आ, नहीं वीकेंड दे विच इक दिन तां असीं पक्का पार्टी करदे आ। मैं तां फिर भी महीने बाद कह रही आं थोनू हुण। ओए नहीं पिंडां च इह चीज़ां वधिया नहीं लगदियां हुंदियां, तू आप ही सियाणी आ, हुण पिंडां च अपना कल्चर थोड़ी आ, शहर दा होर कल्चर हुंदा। एवें थोड़ी ना अगर तू रहण दे आपां घर घर दे मना लांगे, जिहड़ी तैनूं चीज़ दी लोड़ आ मैं शहरों दबा लऊंगा तैनूं। चलो चंगा मैनूं ना बुलायो, मैं नहीं बोलना थोड़े नाल, मैं तां गुस्सा। मैं देखी निक्की निक्की गल्लां ते रुस्सी जांदी आ। बे गोल्डी पता रोला पा रखे तुसीं ने। ਉਹ ਕੁਛ ਨਹੀਂ ਬੇਬੇ, ਉਹ ਇਹ ਤਾਂ ਲੋਹੜੀ ਸੈਲੀਬ੍ਰੇਸ਼ਨ ਕਰਨ ਨੂੰ ਕਹਿੰਦੀ ਆ। ਫਿਰ ਕੀ ਹੁੰਦਾ, ਕਰ ਲਾਂਗੇ, ਕਿਹੜੀ ਗੱਲ ਇਹ। ਉਹ ਲੋਹੜੀ ਮਨਾਉਣ ਨੂੰ ਕਹਿੰਦੀ ਆ, 150 ਬੰਦਾ ਬੁਲਾਵਾਂਗੇ ਕਹਿੰਦੀ। 150 ਬੰਦਾ ਹੱਦ ਹੋ ਗਈ ਤੁਹਾਡੀ ਵਾਲੀ। ਮੈਂ ਮੇਰੀ ਗੱਲ ਸੁਣ ਲੈ, ਹੈ ਹੁਣ 500 ਬੰਦੇ ਦਾ ਇਕੱਠ ਤਾਂ ਤੇਰੇ ਵਿਆਹ ਤੇ ਕਰਕੇ ਹਟੀਆਂ, ਹੈ ਤੈਂ ਮੇਰਾ ਝੁੱਗਾ ਚਾੜ ਕਰਾਉਣਾ, ਰਹਿਣ ਦੇ ਲੋੜ ਨਹੀਂ ਹੈਗੀ ਮੈਨੂੰ ਇਹ ਜਿਹੀਆਂ ਗੱਲਾਂ ਦੀ। ਉਹੀ ਤਾਂ ਬੇਬੇ ਗੱਲ ਆ, ਉਹੀ ਤਾਂ ਮੈਂ ਇਹਨੂੰ ਸਮਝਾਉਣ ਲੱਗ ਰਿਹਾ ਸੀ ਵੀ ਆਪਾਂ ਤਿੰਨ ਜਾਣੇ ਆ, ਤਿੰਨ ਜਾਣੇ ਲੋਹੜੀ ਮਨਾ ਲਾਂਗੇ। ਨਾ ਵੀਰ ਪਿੰਡਾਂ 'ਚ ਨਹੀਂ ਇਹੋ ਜਿਹਾ ਕੰਮ ਕਰਦੇ ਹੁੰਦੇ, ਮੈਂ ਤੈਨੂੰ ਦੱਸਾਂ ਇਹ ਤਾਂ ਤੇਰੇ ਸ਼ਹਿਰ 'ਚ ਚੱਲੂਗਾ। ਉਹ ਮਦਰਿਲਾ ਸਮਝ ਲਿਆ ਕਰੋ, ਤੁਸੀਂ ਤਾਂ ਮੇਰੀ ਸਾਈਡ ਲੈ ਲਿਆ ਕਰੋ। ਮੈਨੂੰ ਤਾਂ ਐਸੀ ਵੀ ਮੇਰੀ ਮਦਰਿਲਾ ਇੰਨਾ ਪਿਆਰ ਕਰੂ, ਮੈਨੂੰ ਇੰਨਾ ਸਮਝੂ, ਇੰਨਾ ਸਪੋਰਟਿਵ ਹੋ, ਬਟ ਤੁਸੀਂ ਤਾਂ ਆਪਣੇ ਮੁੰਡੇ ਦੀ ਸਾਈਡ ਲੈਂਦੇ ਹੋ। ਨਹੀਂ ਓਹੋ ਪਿਆਰ ਕਰੂੰਗੀ ਪਿਆਰਾ ਹੀ ਜਗ੍ਹਾ ਤੇ, ਮੈਂ ਤੁਹਾਨੂੰ ਦੱਸਾਂ ਇਹ ਘਰ ਦੀਆਂ ਕਬੀਲਦਾਰੀਆਂ ਨੇ, ਇਹ ਲੋਟ ਨਹੀਂ ਆਉਂਦੀ ਹੁੰਦੀ, ਮੈਂ ਤੁਹਾਨੂੰ ਦੱਸਾਂ। ਹੱਦ ਹੁੰਦੀ ਆ, ਤੁਹਾਡੇ ਕੋਲ ਹੁਣ ਇੰਨੇ ਪੈਸੇ ਵੀ ਨਹੀਂ ਹੈਗੇ ਵੀ ਮੈਨੂੰ ਖੁਸ਼ ਰੱਖ ਸਕੋ, ਇੱਕ ਮੈਂ ਛੋਟਾ ਫੰਕਸ਼ਨ ਕਰਨ ਨੂੰ ਹੀ ਕਹਿ ਰਹੀ ਹਾਂ। ਓਹੋ ਪੈਸੇ ਦੱਸ ਝਾੜਾਂ ਨੂੰ ਲੱਗਦੇ ਨੇ, ਦੇਖ ਲੈ ਛੋਟਾ ਜਾ ਐਡਾ ਬਣ ਕੇ ਖੜ ਜੂ, ਛੋਟਾ ਜਾ ਕਹੀ ਜਾਂਦੀ ਹੈ, ਮੈਨੂੰ ਪਤਾ ਘਰ ਦੀ ਕਬੀਲਦਾਰੀ ਕਿਵੇਂ ਚੱਲਦੀ ਹੈ, ਵਿਆਹ ਤੋਂ ਮਗਰ ਦਾ ਨਾਲੇ ਉਹੀ ਹੱਥ ਟਾਈਟ ਹੁੰਦਾ, ਤੈਨੂੰ ਸਮਝ ਨਹੀਂ ਵਾਸਤਾ ਨਹੀਂ ਕਿਸੇ ਗੱਲ ਦੀ, ਜਦੋਂ ਨਿਆਣੀ ਹੈ ਸਮਝ, ਤੂੰ ਪੜ੍ਹੀ ਲਿਖੀ ਆ, ਠੀਕ ਆ ਆਪਾਂ ਕੋਈ ਗੱਲ ਨਹੀਂ, ਆਪਾਂ ਤਿੰਨ ਜਣੇ ਮਨਾ ਲਾਂਗੇ। ਮੈਂ ਹੀ ਸਮਝਾ ਤੁਸੀਂ ਨਾ ਸਮਝੋ, ਤੰਗ ਹੋ ਗਈ ਕਿੱਥੋਂ ਆ ਕੇ ਫਸ ਗਈ ਮੈਂ ਇਹਨਾਂ ਦੇ ਵਿਚਕਾਰ, ਪਿੰਡੂਆਂ ਦੇ ਵਿਚਕਾਰ। ਲੈ ਕਿਉਂ ਭੁੱਖੀ ਮਰਦੀ ਹੈ, ਤੈਨੂੰ ਖਾਣ ਨੂੰ ਨਹੀਂ ਮਿਲਦਾ ਕੁਛ, ਹੈ ਤੂੰ ਤਾਂ ਹੱਦ ਲਾਉਣੀ ਹੈ, ਪਿੰਡੂ ਕੀ ਬੰਦੇ ਨਹੀਂ ਹੁੰਦੇ ਵੀ ਸ਼ਹਿਰ ਵਾਲੇ ਜ਼ਿਆਦੇ ਹੁੰਦੇ ਨੇ। ਇਹ ਤਾਂ ਚੰਗਾ ਨਾ ਮੈਂ ਪੜ੍ਹੇ ਲਿਖੀ ਫੈਮਿਲੀ ਦੇ ਵਿੱਚ ਨਾ ਵਿਆਹ ਕਰ ਲੈਂਦੀ ਸ਼ਹਿਰ ਦੇ ਵਿੱਚ, ਆ ਇੱਥੇ ਨਾਲ ਤਾਂ ਨਾ ਗੋਹੇ ਕੂੜੇ ਦੀ ਸਮੈਲ ਮੈਨੂੰ ਇੰਨੀ ਆਉਂਦੀ ਆ, ਪਤਾ ਮੈਂ ਸਾਰੇ ਦਿਨ ਅੰਦਰ ਬੈਠੀ ਰਹਿੰਦੀ ਆ, ਬਾਹਰ ਵੀ ਨਹੀਂ ਵਿਹੜੇ 'ਚ ਨਿਕਲਦੀ ਮੈਂ। ਨਹੀਂ ਮੇਰੀ ਗੱਲ ਸੁਣ ਲੈ, ਉਹ ਗੋਹੇ ਕੂੜਾ ਦੁੱਧ ਪੀਣੀ ਆ ਜਦੋਂ ਉਹਦੇ ਨੂੰ ਸਮੈਲ ਆਉਂਦੀ ਚਾਹ ਚੋਂ, ਹੈ ਹੱਦ ਹੋ ਰਹੀ ਹੈ, ਤਿੰਨ ਟਾਈਮ ਦੁੱਧ ਮੰਗਦੀਆਂ। ਗੋਹਾ ਕਿਹੜਾ ਕਰ ਤੂੰ ਆਪ ਚੱਕਦੀਆਂ, ਹਾਂ ਉਹ ਤਾਂ ਲੱਗੀ ਹੋਈ ਆ। ਆਹੋ ਚੱਕਦੀ ਆਪੇ, ਹੁਣ ਤੁਸੀਂ ਵੀ ਮੇਰੀ ਸਪੋਰਟ ਨਾਲ ਲਿਓ। ਚੰਗਾ ਮੈਨੂੰ ਨਾ ਬੁਲਾਓ ਤੁਸੀਂ ਦੋਨੋਂ, ਮੈਂ ਤਾਂ ਗੁੱਸਿਆ, ਮੈਂ ਤਾਂ ਉਹਦੇ ਵੀਰੇ ਨੂੰ ਫੋਨ ਮਿਲਾ ਕੇ ਕਰਦੀਆਂ ਗੱਲ ਉਹਦੇ ਨਾਲ, ਬਸ ਮੈਂ ਨਹੀਂ ਕਰਨੀ ਕੋਈ ਗੱਲ। ਹੋਈ ਆ ਗੱਲ ਕਰੀ ਜਿਹੜੀ ਪੂਛ ਪੂਛ, ਹੈ ਆ ਕਰ ਲੈ ਹੋਰ ਇਕੱਠਾ ਜੇ ਕਸਰ ਰਹਿੰਦੀ ਵਾੜੀ ਮੋਟੀ ਤਾਂ। ਓ ਬੇਬੇ ਮੈਂ ਤਾਂ ਆਪ ਕਹਿ ਕੇ ਹਟਿਆ ਵੀ ਆਪਾਂ ਤਿੰਨ ਜਾਣੇ ਮਨਾ ਲਾਂਗੇ, ਕਾਹਨੂੰ ਇਕੱਠ ਕਰਦੇ ਆ ਜਦੋਂ ਮੰਨਦੀ ਨਹੀਂ, ਹੁਣ ਮੈਂ ਕੀ ਕਰਾਂ। ਇਹ ਹੋਰ ਮੰਨੂਗੀ ਕਿਵੇਂ, ਛਿੱਤਰਾਂ ਦੀ ਘਾਟ ਹੈ, ਮੈਨੂੰ ਲੱਗਦਾ ਗਾਹਾਂ ਕਦਮ ਚੱਕਣਾ ਪਊ, ਜਿਹੜਾ ਨਹੀਂ ਚੱਕਣਾ ਉਹ ਚੱਕਣਾ ਪਊਗਾ, ਮੈਂ ਤੈਨੂੰ ਤੇਰਾ ਕਹਿਤਾ। ਕੋਈ ਨਾ ਬੇਬੇ ਤੂੰ ਘੱਟ ਬੋਲਿਆ ਕਰ, ਮੈਂ ਆਪੇ ਸਮਝਾ ਦੂੰ। ਘੱਟ ਕਿਵੇਂ ਬੋਲਾਂ, ਹੈ ਕਬੀਲਦਾਰੀ ਤਾਂ ਮੈਨੂੰ ਪਤਾ ਕਿਵੇਂ ਚੱਲਦੀ ਹੈ, ਤੁਸੀਂ ਤਾਂ ਪੈਸੇ ਮੰਗ ਲੈਂਦੇ ਹੋ ਕਰਕੇ ਹੱਥ ਦੇ ਦੇ ਬੇਬੇ। ਓ ਬੇਬੇ ਉਹ ਗੁੱਸੇ ਕਰ ਜਾਂਦੀ ਆ, ਇੰਨਾ ਕੁਛ ਨਾ ਬੋਲਿਆ ਕਰ ਉਹਨੂੰ। ਅੱਛਾ ਬੇਬੇ ਨੂੰ ਕਿਹੜਾ ਪਤਾ ਹੈ ਗੁੱਸਾ ਹੁੰਦਾ ਕੀ ਹੈ, ਉਸੇ ਨੂੰ ਪਤਾ ਹੈ ਵੀ ਹਾਂ ਵੀ ਗੁੱਸਾ ਕਿਵੇਂ ਹੁੰਦਾ ਹੈ। ਚਲ ਚੰਗਾ ਬੇਬੇ, ਚਲ ਚੰਗਾ, ਕਿਵੇਂ ਉਹਦੀ ਪੂਛ ਪੂਛ ਕਰਦਾ ਫਿਰਦਾ, ਹੈਲੋ ਹੈਲੋ ਉਹਦੇ ਮਗਰ।
ਵੀ ਐ ਕਰੋੜੀ ਮੱਲਾ ਅਖਬਾਰ 'ਚ ਵੀ ਕੋਈ ਚੱਜ ਦੀ ਖਬਰ ਨਹੀਂ ਆਉਂਦੀ ਕਿ ਮੈਨੂੰ ਤਾਂ ਲੱਗਦਾ ਅਖਬਾਰ ਇਹ ਬੰਦ ਕਰਾਉਣਾ ਪਊਗਾ ਹੁਣ ਤਾਂ ਲੈ ਆਹ ਕੀ ਖਬਰ ਆ ਗਈ ਕਹਿੰਦਾ ਆਸਟ੍ਰੇਲੀਆ ਦੇ ਸਰਕ ਹਫਤੇ ਵਿੱਚ बाबे नू लै कट 10-20 रुपए बाबे चाह नाल मठी पकौड़ा खा लैणगे है नहीं मेरे कोल 10 रुपए खाली ने जेबा कल्ले च रह गए पैसे खुले तेरे वर्गे पखंडी उरे बहुत फिरदे ने पिंड दे विच फिर पगतां कर तरकी तरकी नहीं बाबे नू खाली हाथ मोड़िया कर दे तरकी तरकी पखंड धर लिया करो लोकां नू लुट्टी जाया करो आया बड़ा पखंडी कितों चल कोई ना भगता फिर बाबा की कही हुई गल याद रखी अज तेरे सट फेट बज जानी है जे बाबा कोई ना याद या देखूंगा मरना जा मैं किते मैं तेरी गहे नाल ता चल कोई ना याद रखी फिर बाबा की कही हुई गल अज दा दिन तेरे ते सुक्का नहीं लंघदा तेरे सट फेट पक्का बजू आहो फिर ए भगता ए नहीं कुत्ता भगता छड़ भज लै के रख दे फाले बाबा नी कुड़िए हुण बाहर निकलया डब्बी डुब्बी फड़ा दे मैं अग्ग मचा ला हुण की हो गया दो मिनट अंदर बैठ के सॉन्ग भी नहीं सुनन दिंदे मैनू दसो मदरिनला की काम है ओहो मेरी गल सुन डब्बी लेके अंदरो मैं अग मचावा मोटे कपड़े धोण वाले पए ने नाले मैनू की पता डब्बी किथे पई होगी मैं तो कदे रसोई च गई भी नहीं अपने आप जाके देख लो लै देख लै है रसोई जाने तेरा हक बनदा दी जे तेनू तेरी मां काम सिखाउंदी तां हुण तू अग मचा के धर दंदी काम तां सिखणे चाहिंदे ने घर दे नाले बगाने घरे जाना हुंदा है आहो मेरे मम्मा ने नहीं कदे भी मेनू काम करन दित्ता ज्यादा है मैं तो काम कराने वाले नाले मेरी गल सुनो काम मैं ओदो करन लगूंगी जदों तुसी ना लोहड़ी दी सेलिब्रेशन बारे मेनू दसोंगे भी करनी है जां नहीं करनी मेरी गल सुन ले मैं तो ऐतकी भोरा नहीं मनाउंदी मैं तो ओदो मनाऊंगी जद रब मेनू पोता देऊगा ओदो मैं सारे पिंड नू सद के लोहड़ी मनाऊं ओ मदरला बस करो केड़े सुपने च बैठे हो हले हुले कोई नहीं मैं बच्चा बुच्चा कर दी हद 4-5 साल में ओदे बारे सोच भी नहीं सकदी हजे तो साडी एंजॉय करन दी लाइफ है सानू एंजॉय करन दो लै देख लै मेरियां सारियां आसां ते पानी फेरता इथों की कराउणा खागड़ी तुसी घरे हैं सानू तो जवाकां दी प्यार है वीर गाह मेरी पीढ़ी वधूगी तू तो हद हो रही है पोचण लग रही है मेरे घर नू वटियो मीन बेबे की गल खा खागड़ी की गल कर जाने तुसी मैं तो समझ भी नहीं आंदी थोड़ी हद तो ज्यादा गल मैं तो तेन मत्था ही बजदा बग जा मेरा सिर दुखण लाता वैसे भी मैनू कोई ज्यादा इंटरेस्ट नहीं हैगा थोड़ी गल्ला सुनन दा कित्ते अंग्रेजी कोट दी है शहर च ब्याह करा लांदी पढ़े लिखे टब्बर च बग जांदी अस्थान पर पेंडूंगा वीर आपदा गुजारा करदे मसा साथों तेरे वालियां सही लिबरेटा फलाना ते मुकाम काम आदर सदर साथों नहीं बोले जांदे ना मैनू समझ लगे तेरी कित्थों लै मुंडा कंजा खाना छेड़ता है तू अन पढ़ लै माड़ी मोटी घट पढ़ी लै लै दस ये तू दस तू की मंगदा ती खवाई गई सारी उम्र इनू बिठा के जे हुण मिलिया 10 दी थां ते 20 रुपए दूंगा बाबे नू हां उहदी कही गल तां सच होगी शली शली तू बोलता पै की करन लग रही आ ਨਲ ਪਿਸਟਿਕ ਲਾ ਰਹੀ ਸੀ ਕਿੱਥੋਂ ਬੋਲ ਪੈਂਦੇ ਅੱਛਾ ਅੱਛਾ ਲੈ ਗਰਾ ਲੱਡੂ ਖਾ ਲਾ ਨਾ ਨਾ ਮੈਂ ਨਹੀਂ ਲੱਡੂ ਖਾਣਾ ਜੀ ਪਹਿਲੇ ਮੋਟੀ ਹੋ ਜਾਨੀ ਆ ਮੈਂ ਉਹ ਖਾ ਲਾ ਥੋੜਾ ਜਿਹਾ ਤੂੰ ਹੱਦ ਕਰ ਦੇ ਮੰਮੀ ਵੀ ਐ ਤਾਂ ਦੇਖ ਲੋ ਤੇ ਪਈ ਨੇ ਤੂੰ ਖਾ ਲਾ ਗੋਲਡੀ ਓ ਪਾਈ ਗੋਲਡੀ ਲਾ ਲਾ ਗਿਆ ਲੈ ਚੱਲ ਮੈਂ ਉਹਨੂੰ ਮੜਜਾ ਟਾਲਾ ਲਾ ਕੇ ਆਉਣਾ ਚਾਹਨਾ ਠੀਕ ਆ ਤੇ ਬਾਈ ਲਵ ਯੂ ਮੇਰੀ ਗੱਲ ਸੁਣ ਆ ਚੋਚਲੇ ਮੋਚਲੇ ਕਰਨੇ ਨੇ ਅੰਦਰ ਬਹਿ ਕੇ ਕਰਿਆ ਕਰੋ ਮੇਰੇ ਸਾਹਮਣੇ ਨਾ ਕਰਿਆ ਕਰੋ ਬਣੇ ਨੇ ਲੱਡੂ ਖਾਣ ਦੇ ਕਦੇ ਲੱਡੂ ਨਹੀਂ ਦੇਖੇ ਢੰਗ ਨਾਲ ਖਾਓ ਜੇ ਲੱਡੂ ਖਾਣੇ ਨੇ ਆਏ ਖਾਂਦੇ ਹੁੰਦੇ ਨੇ ਤੁਹਾਡੇ ਵਾਂਗੂ ਓ ਮਦਰਿਨਲਾ ਤੁਸੀਂ ਤਾਂ ਗੁੱਸਾ ਕਰ ਗਏ ਪਹਿਲੀ ਗੱਲ ਇਹ ਚ ਮੇਰੀ ਗਲਤੀ ਨਹੀਂ ਸੀ ਆਪਦੇ ਮੁੰਡੇ ਨੂੰ ਕਹੋ ਤੁਹਾਨੂੰ ਪਤਾ ਨਹੀਂ ਵੀ ਜਾਗਦੀ ਕਿ ਸੁੱਤੀ ਪਈ ਐ ਐ ਤਾਂ ਦੇਖ ਲੈ ਸਰਾਣੇ ਬੈਠੀ ਆ ਮੇਰੇ ਚੜੀ ਹੱਦ ਹੁੰਦੀ ਐ ਤੁਸੀਂ ਕਿਸੇ ਤਰੀਕੇ ਮਾਨ ਨਹੀਂ ਹੈਗੇ ਨੌਨਸੈਂਸ ਪੀਪਲਸ ਓ ਭਾਈ ਗੋਲਡੀ ਇੱਕ ਤਾਂ ਘਰੇ ਬਹੁਤ ਵੱਡਾ ਪਤਾ ਨਹੀਂ ਬਾਸ ਹੋਣੀ ਹੋਣੀ ਪਤਾ ਨਹੀਂ ਨਾ ਗੋਲਡੀ
हां लाला जी आता गया भाई। राम राम लाला राम राम ता ठीक है भाई, पर ता दस जेड़ा फड्डी गली च गंद च है ए की ता ए? ओ सेठा ता उरे एक तीड फिरदी आ कोई ना कोई कर गया हुन। ओ नहीं कहंदा है गया भाई अगे गंदा या जवा खेड़दा ती गुल्ली डंडा गुल्ली मारी मथे च मेरे ता। ओहो सट फेट ता नहीं लगी लाला तेरे कुत्ता पता नहीं की दा ती इन्ना हे जने ता मां बाप भी नहीं हुंदे हैगे। ओ चल कोई ना जवाख ने खेड़दे ने। चंगा भाई मैं ता कम जाया ती तेरे कोल। अच्छा कम ता आपा बाद च देखा हुन मेनू आ काली मैं तेरे कोले दुकान ते जाके आऊंगा थने। चंगा अच्छा भाई आ फड़ लड्डू लड्डू खा दू ब्याह वाले। अच्छा ब्याह वाले लड्डू ने? हां ब्याह वाले लड्डू खा थने आऊंगा मैं तेरे कोले। चला ठीक है थने मारी गेरा फिर। हां फसा के रखता सो लगे हां ना दिन रात मेरे मदर इन लॉ मैंने इन्हें टिपिकल टिपिकल गाला कटते ने ना हद तो वध के मैं तो तंग गई पी इन्हों तो। ना था अज का पता नहीं कि मूँह देखा थी सवेरे सवेरे अज का बोनी भी नहीं हुई लगता परना बांधे तो आपकी मूँह देख लिया शीशे च। ओ ना 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 था एवं नहीं गल बाननी पहले तो पता नहीं कि लंडा जहा कुत्ता थी वह गैल पै गया ना था चोल ही पारता हों नाले चब्बा मारिया हों टीके लवाने पेंदे मैनू तो फिर वह बाणिया मत्थे लग गया एडा बड़ा छेछ पैसे तो की देने ते उल्टा गाला दे गया दस ना था जावे तो किधर जावे दस भी रुपया का इंतजाम भी नहीं होया भी कोई मठी चाहे पी ले ओ ना था आ कौन मुंडा जाऊंदा ओए हुण की हल बनूगा मैनू तो लगता घरे कलेश होऊगा। ओ रोक ला भगता रोक ला रोक ला रोक ला। ओए हां बाबा गूगल पे कर दे बाबा चलदा गा। ओए तू आ कित्थों ली फिरदा ना मेरे कोले गूगल पे आ ना मेरे कोले पैसे ने मैनू जान दे मैनू। ओ भगता मेरी गल दा सुन ला यार तू तां बहु काली च फिरदा सारे पैसे ओते लागे हुण मेरी घरवाली कहिंदी आ लोहड़ी आ रही है कहिंदी लोहड़ी मनावांगे 100-150 बंदा ओते कहिंदी आ वी बुलावांगे 2-3 lakh ਦਾ ਖਰਚ ਹੋ ਗਿਆ ਹੁਣ ਮੇਰੇ ਕੋਲੇ ਪੈਸੇ ਹੈ ਨਹੀਂ ਹੁਣ 2-3 lakh ਮੈਂ ਕਿੱਥੋਂ ਲਿਆਵਾਂ। ਉਹ ਜੇ ਭਗਤਾ ਤੇਰੀ ਇਹ ਸਮੱਸਿਆ ਦਾ ਹੱਲ ਕਰ ਦਈਏ ਫਿਰ ਮੰਨੇਗਾ ਬਾਬਿਆਂ ਨੂੰ? ਉਹ ਬਾਬਾ ਫਿਰ ਤਾਂ ਜੇ ਤੂੰ 10 ਰੁਪਏ ਮੰਗਦਾ ਨਾ ਤੈਨੂੰ 500 ਦਾ ਨੋਟ ਦੂੰਗਾ ਜੇ ਮੇਰਾ ਆਹ ਹੱਲ ਕਰ ਦੇ। ਓਏ ਭਗਤਾ ਫਿਰ ਤੂੰ ਐ ਕਰ ਨਾਲੇ ਤਾਂ ਤੂੰ ਇਹ ਖਰਜਾ ਖਰਜਾ ਗੀਜਾ ਕਿਧਰ ਵਗ ਗਿਆ ਭਗਤਾ नाले जे तेरा हल ऐ कर दूंगा भगता ऐ जमा सोचना कर बाबिया हुंदे। बाबा फोन बड़ा डबल ली फिरदा तू। ओए भगता ते बाबिया नू ऐसा वैसा समझ लिया बाबे बहु पहुंची हुई चीज आ पहाड़ा ते किलत ते खड़के ते पछया कीती आ बाबिया ने। अच्छा बाबा ले आ आ मेरा नंबर है गोल्डी नाम भरता ऊपर ठीक है ठीक है कल नु आवे मेनू फोन कर ली बाबा ठीक है भगता ऐ कर फिर 10-20 रुपए ता दे जा बाबे चाह पानी पी लेंगे। बाबा हुन नहीं हैगे जेब च जे कल नु आवे ना कल नु तेरा मान दान पूरा कर दूंगा जे मेरे आ चीज दा हल कर दे। जे तेरा हल कर दिए पक्का फिर मन्नेगा बाबिया नु? हां बाबा तेरी सारी इच्छा पूरी करूंगा। चल कोई ना जा ज्यौदा बसदा रह रब ਪਲਾ ਕਰੇ ਤੇਰਾ ਜਾ ਬਗ ਜਾ ਠੀਕ ਆ ਬਾਬਾ ਕੱਲ ਨੂੰ ਆਉਂਗਾ ਮੈਂ ਫੇਰ ਆ ਜੀ ਬਾਬਾ ਹੱਲ ਕਰ ਦੇਾਂਗੇ ਤੇਰਾ ਲੈ ਅੱਜ ਤਾਂ ਨਹੀਂ ਪਛਤਾ ਕੋਈ ਹਾਲ ਹੀਲਾ ਬਣਿਆ ਕੱਲ ਨੂੰ ਗੁੜੂੰਬਾਂਗੇ ਜ਼ਰੂਰ ਨਾਲੇ ਬਾਬੇ 500 ਨਹੀਂ ਤੇਰੇ ਘਰੋਂ ਤਾਂ ਬਾਬੇ ਘੱਟੋ ਘੱਟ 5500 ਰੁਪਇਆ ਲੈ ਕੇ ਇਹਨੇ ਘਟਣਗੇ ਆਹ ਕਰ ਲੈਂਦੇ ਦੇਖਦਾ ਜੇ ਕੋਈ ਚਾਹ ਪਛਾਦੇ ਦਾ ਇੰਤਜ਼ਾਮ ਬਣ ਜੇ ਇਹਨਾਂ ਦੇ ਜਾ ਕੇ ਦੇਖਦਾਂਗਾ ਇਹਨਾਂ ਦੇ ਗਲੱਕ ਮੈਨੂੰ ਵੀ ਇਹਨਾਂ ਦੇ ਵੀ ਬਹੁਤ ਲੱਗਦੇ ਆ ਉਹ ਦੇਖ ਲੈ ਕਿਵੇਂ ਬਹੁ ਬਹੁ ਕਰਦੇ ਆ ਚੱਲ ਕੋਈ ਨਾ ਫਿਰ ਬਾਬਿਆਂ ਨੂੰ ਕਿਹੜਾ ਭੱਜਣਾ ਨਹੀਂ ਆਉਂਦਾ ਬਾਬੇ ਭੱਜ ਲੈਣਗੇ ਫਿਰ।
ਹੁਣ ਤੁਸੀਂ ਮੈਨੂੰ ਐਂ ਦੱਸੋਗੇ ਵੀ ਲੋਹੜੀ ਮਨਾਉਣੀ ਆ ਜਾਂ ਨਹੀਂ। ਓਹੋ ਕਿਉਂ ਤੂੰ ਗੁੱਸਾ ਕਰੀ ਜਾਂਦੇ, ਗੱਲ ਸੁਣ ਮੇਰੀ, ਜਿਹੜੇ ਬਾਬੇ ਨੂੰ ਸਾਰਾ ਪਰਿਵਾਰ ਸਾਡਾ ਮੰਨਦਾ ਨਾ, ਉਹਨੂੰ ਕਿਹਾ ਹੋਇਆ ਉਹ ਆਉਣ ਵਾਲੀ ਅੱਧਾ ਘੰਟਾ ਹੋਰ ਖੜ ਜਾ, ਉਹਨੂੰ ਪੁੱਛੇ ਬਿਨਾਂ ਅਸੀਂ ਕੋਈ ਕੰਮ ਨਹੀਂ ਕਰਦੇ ਹੈਗੇ। ਹੱਦ ਹੋਈ ਪਈ ਆ, ਤੁਸੀਂ ਤਾਂ ਇੰਨੇ ਵਹਿਮਾਂ 'ਚ ਪਏ ਪਏ ਹੋ, ਪੜ੍ਹੇ ਲਿਖੇ ਬੰਦੇ ਹੋ, ਹੱਦ ਹੁੰਦੀ ਆ। ਲੈ ਵਹਿਮ ਕਾਹਦਾ ਹੈ, ਅਸੀਂ ਤਾਂ ਹਰੇਕ ਗੱਲ ਉਹਨੂੰ ਪੁੱਛ ਕੇ ਕਰਦੇ ਹਾਂ, ਬਾਬਿਆਂ ਨੂੰ ਸਾਰਾ ਪਤਾ ਹੁੰਦਾ ਹੈ ਵੀ ਹੁਣ ਦਿਨ ਚੰਗੇ ਨੇ ਕਿ ਮਾੜੇ ਨੇ। ਆਓ ਆ ਗਏ ਬਾਬਾ ਜੀ। ਹੋਰ ਭਾਈ ਬੱਚਾ ਠੀਕ ਠਾਕ ਹੋ? ਹਾਂ ਬਾਬਾ ਠੀਕ ਠਾਕ, ਪਹੁੰਚ ਗਏ। ਹੋਰ ਭਾਈ ਪਹੁੰਚ ਗਏ? ਹਾਂ ਜਾ ਬਾਬਾ ਉੱਪਰ ਬੈਠ ਜਾ। ਉਹ ਨਾ ਨਾ ਭਗਤਾ, ਆਪਾਂ ਤਾਂ ਇੰਤਜ਼ਾਮ ਤਾਂ ਬਾਬੇ ਆਪਦੇ ਨਾਲ ਹੀ ਰੱਖਦੇ ਨੇ, ਨਾਲੇ ਤੁਸੀਂ ਨੇ ਉਹ ਗੱਲ ਨਹੀਂ ਸੁਣੀ, ਫਲ ਨੀਵਿਆਂ ਰੁੱਖਾਂ ਨੂੰ ਲੱਗਦੇ, ਕਹਿੰਦਾ ਉੱਚਾ ਹੋ ਕੇ ਮਾਨ ਨਾ ਕਰੀ, ਨਾਲੇ ਤਪੱਛਿਆ ਤਾਂ ਭਗਤਾ ਥੱਲੇ ਬੈਠ ਕੇ ਹੁੰਦੀ ਹੁੰਦੀ ਆ। ਠੀਕ ਆ ਬਾਬਾ। ਲੈ ਹੁਣ ਦੱਸ ਭਗਤਾ ਕੀ ਪਰੇਸ਼ਾਨੀ ਆ ਤੁਹਾਨੂੰ? ਬਾਬਾ ਆਹ ਮੇਰੀ ਘਰ ਵਾਲੀ ਆ। ਹਾਂ। ਇਹ ਕਹਿੰਦੀ ਆ ਐਤਕੀ ਲੋਹੜੀ ਮਨਾਈਏ। ਲੈ ਠੀਕ ਆ, ਫਿਰ ਲੋਹੜੀ ਮਨਾਉਣ ਨੂੰ ਕਹਿੰਦੀ ਆ ਗੁੱਡੀ ਸੁੱਖ ਦਾ ਤੇ ਹੋਰਾ, ਲੋਹੜੀ ਮਨਾ ਲਓ ਫਿਰ ਭਾਈ ਤੁਸੀਂ। ਓਹੋ ਬਾਬਾ ਪੂਰੀ ਗੱਲ ਤਾਂ ਸੁਣ ਲਾ, ਉਹ ਇਹ ਤਾਂ ਐਂ ਕਹਿੰਦੀ ਆ ਵੀ 100-150 ਬੰਦੇ ਦਾ ਇਕੱਠ ਕਰ ਲੈਂਦੇ ਆ, ਹੁਣ ਦੇਖ ਮਹੀਨਾ ਕੁ ਹੋਇਆ ਮੇਰੇ ਵਿਆਹ ਨੂੰ, ਉਹਦੇ ਪੈਸੇ ਪੂਸੇ ਸਾਰੇ ਲੱਗ ਗਏ, ਹੁਣ ਸਾਡੇ ਕੋਲ ਪੈਸੇ ਨਹੀਂ ਹੈਗੇ, ਉਹਦੇ ਘੱਟੋ ਘੱਟ ਪ੍ਰੋਗਰਾਮ 'ਤੇ 2-3 ਲੱਖ ਰੁਪਈਆ ਚਾਹੀਦਾ। ਠੀਕ ਹੈ ਠੀਕ ਹੈ। ਹਾਂ ਹੁਣ ਸਾਡੇ ਕੋਲ ਪੈਸੇ ਹੈ ਨਹੀਂ ਬਾਬਾ, ਇਹ ਮੰਨਦੀ ਨਹੀਂ ਹੈਗੀ। ਕੋਈ ਨਾ ਬੱਚਾ, ਹੁਣ ਮੇਰੀ ਸਾਰੀ ਗੱਲ ਤੇਰੀ ਮੇਰੇ ਦਿਮਾਗ 'ਚ ਆ ਗਈ ਵੀ ਸਾਰੀ ਸੇਵਾ ਰੁਕੀ ਕਿੱਥੇ ਹੋਈ ਆ, ਗੱਲ ਕਿੱਥੇ ਅੜੀ ਹੋਈ ਆ, ਤੂੰ ਐਂ ਕਰ ਭਾਈ ਜਾ ਕੇ ਜਾ ਇੱਕ ਪਰਨਾ ਲੈ ਕੇ ਆ। ਮੈਥੋਂ ਨਹੀਂ ਲਿਆਤਾ ਜਾਂਦਾ। ਉਹ ਲਿਆ ਦੇ ਯਾਰ, ਉਹ ਅੰਦਰ ਪੈ ਲਿਆ ਦੇ। ਤੁਹਾਡੇ ਕਿਸੇ ਦੇ ਜਾ ਰਹੀ ਹਾਂ ਨਹੀਂ, ਅਜੇ ਪਰਖੰਡੀ ਬਾਬੇ ਨੂੰ ਤਾਂ ਮੈਂ ਕੋਈ ਨਹੀਂ ਪੁੱਛਦੀ। ਚੱਲ ਚੰਗਾ ਬਾਬਾ। ਤੈਨੂੰ ਬੇਬੇ ਦੱਸਤਾ ਤੇਰੀ ਨੂੰਹ 'ਚ ਚੜੇਲ ਦਾ ਵਾਸ ਹੈ, ਇੰਨਾ ਕੌੜਾ ਬੋਲਦੀ ਹੈ ਇਹ। ਕੀ ਪਤਾ ਬਾਬਾ ਚੜੇਲ ਦਾ ਕਿ ਜਿੰਨ ਦਾ, ਜੋ ਕੋ ਆਕੜੇ ਨਹੀਂ ਮੁੜਦੀ ਹੈ। ਤੁਸੀਂ ਨੇ ਇੰਨਾ ਚਿਰ ਇਹਦੇ ਨਾਲ ਕੱਟੇ ਕਿਵੇਂ? ਬਾਬੇ ਸਾਹਿਬ ਲੋਟ ਕਰ ਦੇਣਗੇ, ਜਵਾਂ ਨਾ ਖਬਰ ਆਓ ਤੁਸੀਂ। ਲੈ ਖੜੇ ਹੋ ਜਾਓ ਬੇਬੇ। ਐਂ ਕਰ ਪੁੱਤ, ਤੂੰ ਐਂ ਕਰ ਆਇਆ ਪਰਨੇ ਦੀ ਪੱਗ ਬਣਾ ਕੇ ਦਿਖਾ ਬਾਬਿਆਂ ਨੂੰ, ਫਿਰ ਮੰਨਾਂਗੇ ਤੈਨੂੰ। ਇਹ ਪਰਨੇ ਦੀ ਪੱਗ? ਹਾਂ ਬਣਾ। ਹੱਦ ਹੁੰਦੀ ਆ ਬਾਬੇ, ਕਿੱਥੋਂ ਪਰਨੇ ਦੀ ਪੱਗ ਬਣ ਜੂਗੀ, ਦਿਮਾਗ ਤਾਂ ਤੇਰਾ ਠੀਕ ਹੈ? ਬਣਦੀ ਨਹੀਂ ਚੇਲੀ ਇਹ ਪੱਗੇ ਦੀ। ਲੈ ਫੜਾ ਦੇ ਬਾਬਿਆਂ ਨੂੰ। ਜਾ ਐਂ ਕਰ, 1 ਕਿਲੋ ਵਾਲਾ ਭਾਂਡਾ ਤੇ ਘਿਓ ਚੱਕ ਕੇ ਲੈ ਕੇ ਆ। ਹੁਣ ਇਹਨੂੰ ਹੋਰ ਕੀ ਕੀ ਚਾਹੀਦਾ ਜੀ? ਜਾ ਲਿਆ ਦੇ, ਐਂ ਕਾਹਨੂੰ ਕਰਦੀ ਆ, ਕੋਈ ਨਾ ਬਾਬਾ ਜੀ ਨੇ। ਜਾ ਭਾਈ ਜਾ, ਲਿਆ ਅੰਦਰ ਚੱਕ ਬਸਦੀ ਰਹਿ। ਬਾਬਾ ਜੀ ਬੈਠ ਜਾਓ। ਪੱਕਾ ਨਹੀਂ ਭਾਈ, ਗੁੱਡੀ ਨੂੰ ਆਏ ਜਾਣ ਦੋ ਪਹਿਲਾਂ, ਇਹਦੇ ਚੜੇਲ ਦਾ ਵਾਸ ਹੈ, ਸਾਰਾ ਕਰਨਾ ਕਰਾਉਣਾ ਪਊਗਾ, ਪਹਾੜਾਂ 'ਚ ਜਾ ਕੇ ਸੇਵਾ ਲੈਣੀ ਪਊ ਬੇਬੇ। ਉਹ ਕੋਈ ਨਾ, ਕੋਈ ਨਾ, ਕੁਛ ਨਹੀਂ ਹੋਇਆ, ਬਹਿ ਜਾਓ ਭਾਈ ਬਹਿ ਜਾਓ। ਲੈ ਪੁੱਤ ਤੂੰ ਮੇਰੇ ਕੋਲ ਹੀ ਬਹਿ ਜਾ ਬਾਬਿਆਂ ਦੇ, ਹੁਣ ਤੂੰ ਐਂ ਕਰ ਪੁੱਤ, ਆਹ ਕਿਲੋ ਦਾ ਭਾਂਡਾ ਨਾ, ਆਹ ਜਿਹੜਾ ਘਿਓ ਹੈ ਇਹ 'ਚ ਪਾ ਦੇ ਪੁੱਤ। ਭਰਦੇ ਭਰਦੇ ਨੂੰ ਸਿਰੇ ਤੱਕ ਭਰਦੇ। ਲੋ ਬਾਬਾ ਜੀ ਭਰ ਗਿਆ ਨਾ, ਹੋਰ ਨਹੀਂ ਪੈਣਾ ਇਸ 'ਚ, ਕਿਲੋ ਹੋ ਗਿਆ ਨਾ ਇਹ। ਹਾਂ ਜਿਹੜਾ ਪੁੱਤ ਆਹ ਬਚ ਗਿਆ ਇਹ ਵੀ ਇਹਦੇ ਵਿੱਚ ਪਾ ਦੇ। ਮੈਂ ਕਿਹਾ ਸੀ ਨਾ ਜੀ ਬਾਬੇ ਦਾ ਦਿਮਾਗ ਠੀਕ ਨਹੀਂ ਹੈਗਾ, ਹੋਰ ਕਿੱਥੋਂ ਪੈ ਜਾਊਗਾ, ਭਾਂਡਾ ਤਾਂ ਭਰ ਗਿਆ। ਉਹ ਪੁੱਤ ਬਾਬਿਆਂ ਦਾ ਤਾਂ ਬਥੇਰਾ ਦਿਮਾਗ ਹੈ, ਸਾਰੀ ਗੱਲ ਤਾਂ ਇੱਥੇ ਆ ਕੇ ਖੜ ਗਈ। ਜਦੋਂ ਪੁੱਤ ਤੁਹਾਡਾ ਵਿਆਹ ਹੋਇਆ ਤੀ, ਸਾਰੇ ਪੈਸੇ ਇਹਨਾਂ ਨੇ ਵਿਆਹ ਚਲਾ ਤੇ, ਇਹ ਤਾਂ ਆਪੇ ਭਰੇ ਪਏ ਨੇ ਕਰਜ਼ੇ ਨਾਲ, ਤੇਰੇ ਲੋਹੜੀ ਕਿੱਥੋਂ ਮਨਾ ਦੇਣਾ, ਕਿੱਥੋਂ ਇੰਨਾ ਖਰਚਾ ਕਰ ਦੇਣਾ। ਹੁਣ ਮੁੱਕਦੀ ਗੱਲ ਇੱਥੇ ਆ, ਜਿਵੇਂ ਆਹ ਪਰਨੇ ਦੀ ਪੱਗ ਨਹੀਂ ਬਣ ਸਕਦੀ, ਆਹ ਕਿਲੋ ਦੇ ਭਾਂਡੇ 'ਚ ਸਾਰਾ ਘਿਓ ਨਹੀਂ ਪੈ ਸਕਦਾ, ਇਹੀ ਗੱਲ ਉਰੇ ਆ ਪੁੱਤ ਤੁਹਾਡੇ ਘਰੇ। ਜਦੋਂ ਤੁਹਾਡਾ ਵਿਆਹ 'ਤੇ ਖਰਚਾ ਹੋ ਗਿਆ, ਕੱਪੜੇ ਲੀੜਿਆਂ 'ਤੇ ਖਰਚਾ ਹੋ ਗਿਆ, ਹੁਣ ਲੋਹੜੀ ਕਿੱਥੋਂ ਮਨਾਉਣੇ ਤਾਂ ਭਰੇ ਪਏ ਨੇ। ਜਿਵੇਂ ਭਰੇ ਭਾਂਡੇ 'ਚ ਭਰਤ ਦੁੱਧ ਨਹੀਂ ਆਹ ਕੇ ਨਾ ਘਿਓ ਨਹੀਂ ਹੋਰ ਪੈਂਦਾ, ਐਂ ਕਰਕੇ ਪੁੱਤੇ ਲੋਹੜੀ ਵੀ ਨਹੀਂ ਮੰਨਦੀ। ਤੂੰ ਸਿਆਣੀ ਬਣ, ਮੰਨਦੀ ਆ ਬਾਬੇ ਨੂੰ ਕਿ ਨਾ ਫਿਰ? ਹਾਂ ਬਾਬਾ ਜੀ, ਮੈਨੂੰ ਮਾਫ਼ ਕਰ ਦਿਓ, ਕਮਲੀ ਤਾਂ ਮੈਂ ਹੀ ਸੀ ਜਿਹੜੀ ਮੈਨੂੰ ਹੀ ਨਹੀਂ ਸਮਝ ਆ ਰਹੀ ਸੀ। ਮੰਮੀ ਜੀ ਤੁਸੀਂ ਵੀ ਮੈਨੂੰ ਮਾਫ਼ ਕਰ ਦਿਓ। ਕੋਈ ਨਾ ਪੁੱਤ, ਨਾਲੇ ਸੱਸ ਵੀ ਮਾਂ ਵਰਗੀ ਹੁੰਦੀ ਆ, ਬਥੇਰਾ ਪਿਆਰ ਕਰਦੀ ਆ ਤੈਨੂੰ, ਆਪਦਾ ਗੱਲ ਵੱਢ ਕੇ ਕਿਵੇਂ ਤੇਰੀ ਖੁਸ਼ੀ ਮਨਾ ਦੇਣਾ। ਜਿੰਨੇ ਜੋਗਰੇ ਹੈਗੇ ਨੇ ਵਿਚਾਰੇ, ਉਹਨਾਂ ਜੋਗਰੇ ਦਾ ਪੁੱਤ ਤੇਰਾ ਸਾਰਾ ਕਹਿਣਾ ਮੰਨਦੀ ਹੋਣਗੇ, ਤੈਨੂੰ ਤੇਰੇ ਘਰ ਵਾਲਾ ਜਾਂ ਬੇਬੇ ਪਿਆਰ ਨਹੀਂ ਕਰਦੇ? ਕਰਦੇ ਤਾਂ ਹੈਗੇ ਨੇ,
ਪਤਾ ਨਹੀਂ ਮੇਰੇ ਹੀ ਦਿਮਾਗ ਖਰਾਬ ਹੋ ਗਿਆ ਸੀ ਜਿਹੜੀ ਮੈਂ ਹੀ ਜਿੱਦ ਫੜ ਕੇ ਬੈ ਗਈ ਸੀ। ਚੱਲ ਕੋਈ ਨਾ ਬੱਚਾ, ਹੁਣ ਨਾ ਤੂੰ ਕੋਈ ਗੱਲ ਮੰਨਤੇ ਲਈ, ਬਸ ਬਾਬੇ ਨੇ ਹੱਲ ਕਰਤਾ ਛੋਟਾ। ਵਾਹ ਜੀ ਵਾਹ, ਜਿਉਂਦਾ ਰਹਿ ਜਿਉਂਦਾ ਰਹਿ। ਠੀਕ ਹੈ ਬਾਬਾ ਜੀ, ਕੋਈ ਨਾ ਕੋਈ ਨਾ ਬੇਬੇ, ਉਹਦਾ ਦਿਮਾਗ ਨੂੰ ਫਰਕ ਪਿਆ। बाबे दी लोड़ी दा की बनूगा, बाबे नूं भी कोई हल करना पऊगा। बाबा की सोचदा? ओ कोई नी पुत्रा, देख ला तेरी समस्या दा करता ना हल, पता नहीं कै दिन दा घबराया फिरदा जी। बाबा मन गई तेन, ले आ जा मरे उठ साइड ते, बाबे भी तेरे नाल गलबात करनगे। पूरी दस दे बाबा जी की गल है। ओ एहे भाई कोई पर्दे दी गल हुंदी है, कोई आत्मा दा खेल हुंदा, छोटे घरे होर वादा वाद जू मोटे नाल साइड दी गल कर लांगे। चल कोई ना मां, मैं जा आया मां, मड़ जा। आ जा पुत्र, साइड ते होके गल करांगे। ओ चल भाई चल, आ जा बाबा आ जा। ओ बाबा देख ला मानदा फिर बाबिया नू मना दे दे, सच्ची मैं तो दो तीन दिन हो गए थी टेंशन जे फिरदा जी भी बनूगा की, तदा पतंदरा दो मिनट जे हल करता मेरा। ओ पतंदरा बाबिया ने केड़ा बाजरा गुडना, बाबे यही काम तंदिया करदे रहंदे ने। ले दस फिर, ले चंगा बाबा लंगदा पड़दा गेड़ा मार के जाया कर। चंगा ओ नाले एक गल मेरी होर सुन ला पोते, ता हजे मरा मोटा दे दिमाग नू चढ़या जी काम। हां एक गल सुन ला, तेरे घर वाली ते चड़ेल दा वास है, ਜਿਹੜੀ ਤੁਹਾਡਾ ਘਰ ਪਟਣ ਨੂੰ ਫਿਰਦੀ ਆ, ਇਹਦੇ ਉੱਤੋਂ ਦੀ ਤਾਂ ਜਾ ਕੇ ਬਾਬਿਆਂ ਨੂੰ ਪਹਾੜਾਂ 'ਚ ਜਾ ਕੇ ਢਾਲਾ ਲਾਉਣਾ ਪਊਗਾ, ਫੇਰ ਲੋਟ ਆਊ, ਨਹੀਂ ਤੀਜੇ ਦਿਨ ਫੇਰ ਕਲੇਸ਼ ਪਿਆ ਲੈ। ਮੈਂ ਇਹ ਵੀ ਸੋਚੀ ਜਾਵਾਂ ਵੀ ਪਹਿਲਾਂ ਤਾਂ ਇਹਦਾ ਸੁਭਾਅ ਚੰਗਾ ਭਲਾ ਸੀ, ਵੀ ਹੁਣ ਇਹ ਤਾਂ ਹੋ ਰਹੀ ਆ। ਹੁਣ ਉਹ ਕਚੀਲ ਪਿੱਛੇ ਲੱਗ ਗਈ, ਉਸ ਨੇ ਇਹਦੇ ਸਿਰ 'ਚ ਵੜ ਕੇ ਸਾਰਾ ਪੱਟੀ ਮੇਲ ਕਰਤੀ, ਹੁਣ ਗੱਲ ਸੁਣ ਲੈ ਬੰਦਾ ਬਣ ਕੇ। ਬਾਬਾ ਹੱਲ ਤਾਂ ਦੱਸ ਦੇ ਕੋਈ। ਇੱਕ ਮੁਰਗੀ, ਹਾਂ ਇੱਕ ਚਿੱਟਾ ਅੰਡਾ, ਹਾਂ ਇੱਕ ਲਾਲ ਬੋਤਲ ਦਾਰੂ ਦੀ, ਉੱਤੇ ਸੰਧੂਰ ਹੋ ਗਿਆ, ਖੰਮਣੀਆਂ ਹੋ ਗਈਆਂ, ਮੁਕਦੀ ਗੱਲ ਮਕਾ, ਬਹੁਤ ਕੁਛ ਆੜਾ ਬੀੜਾ ਕਰਨਾ ਪਊਗਾ। ਬਾਬਾ ਨਾ ਤਾਂ ਮੈਂ ਦਾਰੂ ਪੀਵਾਂ, ਨਾ ਉਹਤੇ ਹੱਥ ਲਾਵਾਂ, ਨਾ ਅੰਡੇ ਮੀਟ ਦੇ ਲਾਵਾਂ। ਉਹ ਕੋਈ ਨਾ ਪੁੱਤਰ, ਤੈਨੂੰ ਹੱਥ ਲਾਉਣ ਦੀ ਕੀ ਲੋੜ ਆ, ਬਾਬੇ ਹੈਗੇ ਨੇ ਹੱਥ ਪੱਲਾ ਲਾਉਣ ਨੂੰ, ਤੂੰ ਮੈਨੂੰ 5500 ਫੜਾ, ਬਾਬੇ ਆਪੇ ਕਰ ਦੇਣਗੇ ਸਾਰਾ ਹਾਲ ਹੀਲਾ। 5500 ਲੱਗੂ ਬਾਬਾ? ਉਹ ਇਹ ਤਾਂ ਪੁੱਤ ਮੈਨੂੰ ਲੱਗਦਾ 100-200 ਮੈਨੂੰ ਪੱਲੋਂ ਨਾ ਪਾਉਣਾ ਪੈ ਜੇ, ਇਹ ਤਾਂ ਕਹੇ ਦੀ ਗੱਲ ਹੋ ਗਈ ਵੀ 5500 ਦੇ ਦੇ। ਹੁਣ ਬਾਬੇ ਆਪਦੀ ਜਮਾਨ ਤੋਂ ਥੋੜੂ ਭੱਜ ਸਕਦੇ ਨੇ ਵੀ ਤਿੰਨ ਤੋਂ ਮੈਂ 10000 ਲੈ ਲਾਂ। ਲੈ ਬਾਬਾ ਮੈਂ ਤਾਂ ਖਰ ਵਾਲੇ ਦੇ ਕੇ ਆਉਣੇ ਦੀ ਆ, ਪੂਰਾ 5000 ਆ। ਚੱਲ 100 ਤਾਂ ਤੂੰ ਆਪਦੇ ਕੋਲੋਂ ਪਾ ਦੀ। ਓਏ ਕੋਈ ਨਾ ਪੁੱਤਰਾ, ਜੇ ਘਰ ਵਸ ਗਿਆ ਖਲਬੀ ਫੇਰ ਇਹ ਲਿਆਂਦਾ ਸੋਹਣਾ ਲੱਗੇਗਾ, ਜੇ ਘਰੇ ਉੱਜੜ ਜਾਂਦਾ ਖਲ ਨੂੰ ਕੋਈ ਸਰਕੇ ਮਾਰ ਦੇ ਦੱਸਾਂ। ਚੱਲ ਠੀਕ ਆ ਬਾਬਾ, ਕੋਈ ਨਾ ਕੰਨ ਭਰ ਸੋ ਜਾ, ਬਾਬੇ ਕਰ ਦੇਣਗੇ ਆਪੇ ਇਲਾਜ ਤੇਰਾ। ਠੀਕ ਆ ਬਾਬਾ ਠੀਕ ਆ। ਲੈ ਵੀ ਨਾਥਾ, ਇਹਨਾਂ ਦੀ ਤਾਂ ਲੋਹੜੀ ਮੈਨੂੰ ਪਤਾ ਨਹੀਂ ਨਾ ਮੈਨੂੰ, ਪਰ ਆਪਣੀ ਤਾਂ ਲੋਹੜੀ ਬਣ ਗਈ। ਇੱਕ ਫੜਦੇ ਹਾਂ ਬੋਤਲ, ਇੱਕ ਫੜਦੇ ਹਾਂ ਮੁਰਗਾ, ਪਹਿਲਾਂ ਆਪਾਂ ਅੱਜ ਤਾਂ ਆਪਦੀ ਲੋਹੜੀ ਮਨਾਈਏ, ਬਾਕੀ ਫੇਰ ਦੇਖੀ ਜਾਊ। ਆ ਤਾਂ ਗੁਰਦੇ ਬੈਂਕਰ ਬਣ ਗਏ, ਲੈ ਮੈਂ ਤਾਂ ਕਦੇ ਊਈ ਨਹੀਂ, ਮੇਰਾ ਤਾਂ ਕੋਈ ਕੰਮ ਸਿੱਧਾ ਹੋਇਆ, ਆਹ ਪਤਾ ਨਹੀਂ ਕਿਵੇਂ ਤੀਰ 'ਤੇ ਤੁੱਕਾ ਲੱਗ ਗਿਆ। ਤਾਂ ਨਾ ਥਾ ਗੱਲ ਬਣ ਗਈ ਬਾਬਿਆਂ ਦੀ।